ਉਹ ਕਿਹਾ ਨਾ ਮੰਮੀ ਨਹੀਂ ਕਰਾਉਣਾ ਮਤਲਬ ਨਹੀਂ ਕਰਾਉਣਾ, ਜੋ ਮਰਜ਼ੀ ਹੋਵੇ ਮੈਂ ਨਹੀਂ ਕਰਾਉਣਾ। ਗੁਰੂ ਜੀ ਨੇ ਕਿਹਾ ਆ ਕਿ ਕੁੱਤਾ ਹੋਵੇ ਜਿਹੜਾ ਵਿਆਹ ਕਰਾਵੇ, ਇਸ ਕਰਕੇ ਮਿੱਤਰਾਂ ਨੇ ਵਿਆਹ ਨਹੀਂ ਕਰਾਉਣਾ ਮਤਲਬ ਨਹੀਂ। ਮੰਮੀ ਭਾਈ ਸਰ ਸਰ ਗੁਰੂ ਜੀ ਸਰ ਗੁਰੂ ਜੀ ਮੈਂ ਵਿਆਹ ਕਰਾਉਣਾ ਲਿਖਿਆ ਉਹਨਾਂ ਨੇ ਉਧਰ ਪੈ ਗਿਆ। ਗੁਰੂ ਜੀ ਮੈਂ ਵਿਆਹ ਕਰਾਉਣਾ। ਕਰਾ ਲਓ। ਦਿਲ ਤੇ ਖੈਰ ਟੁੱਟਣਗੇ। ਦਿਲ ਤੋਂ ਮੈਨੂੰ ਇੱਕ ਗੱਲ ਯਾਦ ਆਈ ਭਾਜੀ, ਤੁਸੀਂ ਨਾ ਕੁੜੀਆਂ ਦੇ ਦਿਲ ਚੋਰੀ ਕਰਦੇ ਹੋ, ਤੁਸੀਂ ਮੇਰਾ ਕੀਤਾ ਹੋਇਆ। ਮੈਂ ਐਡਾ ਛੋਟਾ ਜਿਹਾ ਆ ਪਰ ਫੈਨ ਬੜਾ ਵੱਡਾ ਤੁਹਾਡਾ, ਮੈਂ ਇੰਨਾ ਵੱਡਾ ਫੈਨ ਆ ਤੁਹਾਡਾ ਕਿ ਮੈਂ ਹਰ ਤੁਹਾਡੀ ਫਿਲਮ ਦੇਖੀ ਹੈ ਤੇ ਹਰ ਡਾਇਲੋਗ ਮੈਂ ਤੁਹਾਡਾ ਯਾਦ ਕੀਤਾ ਆ। ਵਾਹ 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 ਵਾਹ। ਤੇ ਭਾਜੀ ਸਭ ਤੋਂ ਜਿਹੜਾ ਡਾਇਲੋਗ ਘੈਂਟ ਲੱਗਾ ਹੈ। ਯੈਸ ਸਰ। ਦੇ ਉੱਪਰ ਬੈਠੋ ਬਾਬਾ ਜੀ, ਤੁਸੀਂ ਇੱਥੇ ਬੈਠੋ, ਇੱਥੇ ਬੈਠੋ, ਟੇਬਲ ਤੁਹਾਡਾ। ਗੁਰੂ ਜੀ ਗਲਤ ਕਰਦੇ ਨਹੀਂ? ਨਹੀਂ ਨਹੀਂ, ਗੱਲ ਹੀ ਕਰੀ। ਅੱਛਾ ਮੈਂ ਹੁਣ ਨਾ ਸਿਰਫ ਇੱਕ ਚੀਜ਼ ਪੁੱਛਾਂਗਾ, ਫਟਾਫਟ ਮੈਨੂੰ ਇਹ ਦੱਸ ਦਿਓ ਕਿ ਛੜਾ ਰਹਿਣ ਦਾ ਕੀ ਫਾਇਦਾ ਹੈ? ਛੜਾ ਬੰਦਾ ਵੀ ਬਿਠਾ ਸਕਦਾ ਜੀ, ਗੱਡੀ ਚ ਬਹਿਣ ਦੀ ਤਾਂ ਕੋਈ ਪ੍ਰੋਬਲਮ ਨਹੀਂ। ਅੱਛਾ ਮਤਲਬ ਤੁਸੀਂ ਚੂੜਾ ਕਿਰਾਏ ਤੇ ਲੈ ਲਓ। ਚੂੜਾ ਕਿਰਾਏ ਤੇ ਭਾਈ ਤੁਹਾਨੂੰ ਪਤਾ ਮੈਂ ਪਿਗੀ ਬੈਂਕ ਲਗਾ ਲਈ। ਕਿੱਦਾਂ? 21 ਤਰੀਕ ਤੱਕ ਮਿੱਤਰਾਂ ਕੋਲ ਪੈਸੇ ਹੋ ਜਾਣੇ ਵਾਧੂ, ਆਪਾਂ ਲੈ ਕੇ ਜਾਣੀ ਗਰਲਫ੍ਰੈਂਡ ਆਪਣੇ ਨਾਲ, ਪਿੱਛੇ ਬੈਠਣਾ। ਤੇ ਭਾਜੀ ਕੋਈ ਰਾਏ ਹੈਗੀ ਹੈ ਪਿੱਛੇ ਬਹਿ ਕੇ ਕੀ ਕਰ ਸਕਦਾ ਮੈਂ? ਪਿੱਛੇ ਬਹਿ ਕੇ ਤੁਸੀਂ ਕੀ ਕਰ ਸਕਦੇ ਆ? ਤੁਸੀਂ ਪਿੱਛੇ ਬਹਿ ਕੇ ਗਾਣਾ ਗਾ ਸਕਦੇ ਆ ਤੇ ਉਹਨੂੰ ਹੱਗੀ ਕਰ ਸਕਦੇ ਆ ਪਿੱਛੋਂ, ਤੇ ਫਿਰ ਉਹਦੇ ਤਾਂ ਮੋਢੇ ਤੇ ਦੱਪੜ ਸਿਰ ਰੱਖ ਸਕਦੇ ਤੇ ਭਾਜੀ ਫਿਰ ਕੈਲੀ ਦੀ ਭੈਣ ਹੈਗੀ। ਕੈਲੀ ਦੀ ਭੈਣ ਹੈਗੀ? ਕੈਂਡਲ ਕੈਂਡਲ ਉਹ ਨਾ ਮੇਰੀ ਗੱਲ ਹੀ ਕਰ ਦੋ, ਹੁਣੇ ਤੁਰ ਲੈਣਾ, ਹੁਣੇ ਬੁਲਾ ਲੈਂਦਾ ਫੋਨ। ਮੇਰਾ ਤਾਂ ਮੇਰੀ ਤਾਂ ਰੋਜ਼ ਹੀ ਹੁੰਦੀ ਨਾ ਗੱਲ, ਹੁੰਦੀ ਤੁਹਾਡੀ ਗੱਲ। ਤੁਸੀਂ ਐਦਾਂ ਕਰੋ ਫਿਰ ਉਹਨਾਂ ਨੂੰ ਮਨਾ ਕਰਕੇ ਨੀਰੂ ਬਾਜਵਾਜੀ ਨਾ ਕਰਾ ਦੋ। ਨੀਰੂ ਬਾਜਵਾਜੀ ਨਾ ਔਖਾ, ਕੈਂਡਲ ਜਾਨਾ ਨਾ ਮੈਂ ਕਰਾ ਸਕਦਾ। ਕੈਂਡਲ ਨਾਲ ਸੌਖਾ ਹੈ? ਕੈਂਡਲ ਨਾਲ ਸੌਖਾ, ਸੌਖੇ ਕੰਮ ਮਿੱਤਰਾਂ ਨੇ ਅੱਜ ਤੱਕ ਕੀਤਾ। ਚਲੋ ਛੱਡੋ ਮਿੱਟੀ ਪਾਓ। ਅੱਛਾ ਮਿੱਤਰਾਂ ਨੇ ਪਟਕਾ ਹੀ ਨਹੀਂ ਕੱਲਾ ਲਾਲ ਬੰਨਿਆ, ਮਿੱਤਰਾਂ ਨੇ ਪਿੱਛੋਂ ਵਾਲ ਵੀ ਲਾਲ ਕਰਾਏ, ਮੈਂ ਹੁਣ ਦੇਖ ਰਿਹਾ ਤੁਹਾਡੇ ਨਾ ਥੋੜੇ ਥੋੜੇ ਵਾਲ ਇੱਥੋਂ ਲਾਲ ਰੰਗ ਦੇ ਬਾਹਰ ਆ ਰਹੇ, ਇਹ ਨਵਾਂ ਰਿਵਾਜ ਤੁਰਿਆ? ਹਾਂ ਬਸ ਮੈਂ ਕਿਹਾ ਮੈਨੂੰ ਵੀ ਕੋਈ ਫੋਲੋ ਕਰ ਲੇ, ਇਸ ਕਰਕੇ ਕਰਾਇਆ ਭਾਜੀ। ਅੱਛਾ ਭਾਜੀ ਉਹ ਵਾਲਾ ਇੱਕ ਵਾਰੀ ਗਾਣਾ ਸੁਣਾ ਦਿਓ, ਛੜੇ ਵਾਲਾ। ਉਹ ਲੇਖਾਂ ਵਿੱਚ ਲਿਖੀ ਆਜ਼ਾਦੀ ਜੱਟ ਦੇ ਜੀ ਨਜ਼ਾਰੇ ਬੜੇ ਨੇ, ਉਹ ਲੇਖਾਂ ਵਿੱਚ ਲਿਖੀ ਆ ਆਜ਼ਾਦੀ ਜੱਟ ਨੇ ਬਈ ਨਜ਼ਾਰੇ ਬੜੇ ਨੇ। ਭਾਜੀ ਗੱਲਾਂ ਬਣੀਆਂ। ਕਿੱਥੋਂ ਆ ਤੁਸੀਂ ਵੈਸੇ, ਤੁਹਾਡਾ ਪਿਛੋਕੜ ਕਿਹਾ, ਕਿਹੜੇ ਜਗ੍ਹਾ ਤੋਂ ਤੁਸੀਂ? ਅੰਮ੍ਰਿਤਸਰ ਤੋਂ? ਛੋਟੀ ਜਿਹੀ ਸਿਚੁਏਸ਼ਨ ਹੈਗੀ ਆ ਭਾਜੀ ਤੇ ਮੈਂ, ਅਸੀਂ ਦੋਨੋਂ ਭਰਾ ਆ, ਦੋ ਕੁੜੀਆਂ ਹੈਗੀਆਂ, ਅਸੀਂ ਫਸਾ ਮਤਲਬ ਦੋ ਕੁੜੀਆਂ ਹੈਗੀਆਂ, ਆਪਾਂ ਉਹਨਾਂ ਨੂੰ ਦੇਖਣਾ। ਸਹੀ ਸਹੀ ਬੋਲ ਚੈਨਲ ਤੇ ਭਰਾਵਾ, ਮਤਲਬ ਉਹਨਾਂ ਨੂੰ ਕੀ ਕਹਿ ਕੇ ਬੁਲਾਵਾਂਗੇ? ਇੱਕ ਡਾਇਲੋਗ ਫਟਾਫਟ ਬਣਾ ਦੋ, ਦੋਨੋਂ ਭਰਾਵਾਂ ਨੇ ਇਕੱਠੇ ਬੁਲਾਉਣਾ। ਹਾਂ ਪਹਿਲੇ ਭਾਜੀ ਹੋਰੀ ਕਹਿ ਦੇਣਗੇ ਫਿਰ ਮੈਂ ਕਹਿ ਦਾਂਗਾ। ਉਹਨਾਂ ਨੂੰ ਤੁਸੀਂ ਕਹਿ ਸਕਦੇ ਹੋ ਵੀ ਭਾਈ ਤੁਸੀਂ ਸਰ ਉੱਥੇ ਦੋਨੇ ਇਕੱਠੀਆਂ ਪੈਣਾ ਹੈ, ਇੱਥੇ ਇਕੱਠੀਆਂ ਦਰਾਣੀ ਜਠਾਣੀ ਸਾਰੀ ਉਮਰ ਇਕੱਠੀਆਂ। ਕਿਉਂ ਇਹਨੂੰ ਕਹਿੰਦੇ ਨਾ ਡਾਇਲੌਗ ਫਟਾਫਟ? ਨਾ ਇਹ ਦਰਜਨ ਕੇਲੀਆਂ ਸਰ, ਜੋ ਦੋ ਥਾਂ ਤੁਹਾਡੇ ਫਾਦਰ ਦਾ, ਉਹ ਕੁੜੀਆਂ ਦੇ ਪਿਓ ਦਾ ਖਰਚਾ ਵੀ ਨਹੀਂ, ਵੀ ਦੋ ਘਰਾਂ ਮਿਠਾਈ। ਭਾਜੀ ਵੇਖੋ ਫਿਰ ਦੋ ਪੈਣਾ। ਮੈਂ ਦੇਖੀਆਂ ਮੰਨ ਨਹੀਂ ਰਿਹਾ, ਤੂੰ ਕੈਂਡਲ ਤੇ ਕੈਲੀ ਦੇਖੀ ਬੈਠਾ ਮੈਂ ਤੇ ਤੂੰ ਮੰਨੇ ਤਾਂ ਤਾਂ ਹੈ ਨਾ ਗੱਲ। ਪਰ ਜੇ ਮਿੱਤਰਾਂ ਦੇ ਪਿੱਛੇ ਬਾਜਵਾ ਲੱਗ ਜੇ ਤੇ ਬੀ 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 3 ਬੀ ਬੜੇ ਵਧੀਆ ਲੱਗਣਗੇ। ਬੋਲਤੀ ਬੰਦ ਬਾਜਵਾ, ਆਏ ਹਾਏ ਭਾਜੀ ਨਜ਼ਾਰਾ ਹੀ ਕੋਈ ਨਹੀਂ। ਭਾਜੀ ਬੋਲਤੀ ਬੰਦ ਪਤਾ ਕੌਣ? ਅਦਰ ਮਿੱਤਰ ਉਰੀ ਤੇ ਬਾਜਵਾ। ਮਿੱਤਰ ਕੌਣ ਹੈ? ਮੈਂ ਹੀ ਹਾਂ। ਵੈਲ ਭਾਜੀ ਮੈਂ ਸਾਰੇ ਨਿਆਣਿਆਂ ਨੂੰ ਰਿਕੁਐਸਟ ਕਰਦਾ ਕਿ 21 ਤਰੀਕ ਨੂੰ ਤੁਸੀਂ ਸਾਰੇ ਦਿਨ ਜਾ ਕੇ ਛੜਾ ਮੂਵੀ ਜ਼ਰੂਰ ਦੇਖਣੀ ਹੈ। ਪੁੱਛੋ ਨਿਆਣਿਆਂ ਨੂੰ ਕਿਉਂ ਕਿਹਾ? ਕਿਉਂ ਕਿਹਾ ਜੀ? ਮੰਮੀ ਡੈਡੀ ਤੇ ਇੱਕ ਇੱਕ ਹੁੰਦੇ, ਨਿਆਣੇ 3-4 ਹੁੰਦੇ। ਸਹੀ ਹੈ ਗੱਲ ਤੁਹਾਡੀ ਭਾਜੀ। ਇੱਕ ਵਾਰੀ ਫਿਰ 21 ਜੂਨ ਦਾ ਕਹਿ ਦਿਓ ਸਾਰੇ ਨਿਆਣਿਆਂ ਨੂੰ। ਨਿਆਣਿਆਂ ਨੂੰ ਤੁਸੀਂ ਕਹਿ ਦਿੱਤਾ, ਨਿਆਣੇ ਤਾਂ ਤੁਹਾਡੇ ਕਹੇ ਤੇ ਆਏ ਨੇ। ਹੁਣ ਵੱਡਿਆਂ ਨੂੰ ਤੁਸੀਂ ਕਹਿੰਦੇ ਤੇ ਜੋ ਨਿਆਣੇ ਨੂੰ ਕਹਿਤਾ ਵੱਡਿਆਂ ਨੂੰ ਆਉਣਾ ਹੀ ਪੈਣਾ ਨਾਲ। ਹਾਂ ਤਾਂ 21 ਤਰੀਕ ਨੂੰ ਤੁਸੀਂ ਸਾਰੇ ਜਣੇ ਆਇਓ ਦੇਖਣ ਆਪਣੇ ਫੈਮਿਲੀ ਦੇ ਨਾਲ ਛੜਾ। ਬਿਲਕੁਲ। ਥੈਂਕ ਯੂ ਸੋ ਮਚ ਭਾਜੀ। ਥੈਂਕ ਯੂ ਬ੍ਰਦਰ। ਥੈਂਕਸ। ਥੈਂਕ ਯੂ ਭਾਜੀ, ਬਹੁਤ ਵਧੀਆ ਲੱਗਾ। ਹੁਣ ਮੈਂ ਚੱਲਦਾ ਹਾਂ, ਮਿੱਤਰਾਂ ਨੂੰ ਰਿਸ਼ਤਾ ਆਊਗਾ ਹੁਣ ਤਾਂ ਪੱਕਾ।